ਸਾਡੀ ਅਕੈਡਮੀ ਖੁੱਲਦੀ ਹੈ ਉਹ ਸਵੇਰ ਨੂੰ 9 ਤੋ ਲੈ ਕੇ ਦੁਪਹਿਰ ਤੱਕ ਖੁੱਲਦੀ ਹੈ ਉਸ ਤੋਂ ਬਾਅਦ ਬੰਦ ਹੋ ਜਾਂਦੀ ਹੈ ਤੇ ਪੈਸੇ ਕਿਨੇ ਲਾਣੇ ਨੇ ਅਲਬੱਤਾ ਜਿਹੜੇ ਇੱਥੇ ਦੇ ਥੋੜੇ ਬਹੁਤ ਜਿਹੜੇ ਖਰਚੇ ਨੇ ਉਹ ਅੱਲਾ ਦੇ ਫਜ਼ਲ ਨਾਲ ਸਾਡੇ ਖਰਚੇ ਪੂਰੇ ਇਸ ਹਵਾਲੇ ਨਾਲ ਹੋ ਜਾਂਦੇ ਨੇ ਇੱਕ ਤੇ ਲੋਕਾਂ ਨੇ ਡਿਊਟੀਆਂ ਵੰਡੀਆਂ ਨੇ ਬਾਕੀ ਥੋੜੇ ਬਹੁਤ ਜਿਹੜੇ ਪੈਸੇ ਖਰਚਦੇ ਪੈਂਦੇ ਨਾ ਉਹ ਸਾਡੇ ਸਾਡੇ ਜਿੰਨੇ ਕਰੀਬੀ ਲੋਕ ਜਿਹੜੇ ਦਾਵਤ ਨਾਲ ਅਟੈਚ ਨੇ ਨਾ ਸਾਡੇ ਜਿਹੜੇ ਮੈਂਬਰਸ ਉਹ ਆਪਣਾ ਆਪਣਾ ਕੰਟਰੀਬਿਊਸ਼ਨ ਕਰਦੇ ਨੇ ਅਸੀਂ ਮੰਗਦੇ ਕਿਸੇ ਕੋਲ ਨਾ ਉਹ ਬਿਲਕੁਲ ਮੇਰੇ ਕਰੀਬੀ ਵੀ ਨਾ ਉਹਨਾਂ ਕੋਲ ਵੀ ਅਸੀਂ ਮੰਗ ਉਹ ਮਨੂੰ ਕਹਿੰਦਾ ਜੀ ਐਲੋ ਜੀ ਮੇਰੇ ਮਹੀਨੇ ਦੇ 50000 ਰੁਪਏ ਲਾ ਲਿਆ ਕਰੋ ਇਹਦੇ ਵਿੱਚ ਹੁਣ ਮੈਂ ਆਪਣੇ ਭਰਾ ਨੂੰ ਤਾਂ ਇਨਕਾਰ ਕਰ ਸਕਦਾ ਉਹਨੂੰ ਮੈਂ ਕਹਾਂ ਮੈਂ ਚੰਦਾ ਨਹੀਂ ਲੈਂਦਾ ਉਹ ਕਹੇਗਾ ਯਾਰ ਤੂੰ ਤੇ ਮੈਂ ਵੱਖਾ ਸਾਡੀ ਆਂਢੀ ਵੀ ਸਾਂਝੀ ਹੈ ਠੀਕ ਹੈ ਮਾਂ ਪਿਓ ਮੇਰੇ ਨਾਲ ਰਹਿ ਰਹੇ ਨੇ ਤੇ ਉਹ ਮੈਂ ਕਿਸ ਤਰ੍ਹਾਂ ਉਹਨੂੰ ਇਨਕਾਰ ਕਰ ਸਕਦਾ ਅੱਛਾ ਬਾਕੀ ਸਾਡਾ ਜਿਹੜਾ ਮੇਜਰ ਪੋਰਸ਼ਨ ਹੈ ਨਾ ਸਾਡੀ ਅਕੈਡਮੀ ਦੇ ਖਰਚੇ ਦਾ ਉਹ ਸਾਡੇ YouTube ਚੈਨਲ ਤੋਂ ਪੂਰਾ ਹੋ ਜਾਂਦਾ ਹੈ ਅਸੀਂ ਉਹਨੂੰ ਵੀਡੀਓ ਐਡ ਤੇ ਨਹੀਂ ਲਾਏ ਉੱਤੇ ਹਰਾਮ ਨੇ ਉਹ ਤਾਂ ਸਿੱਧਾ-ਸਿੱਧਾ ਜਨਾਨੀਆਂ ਨੱਚਦੀਆਂ ਹੋਈਆਂ ਸਾਹਮਣੇ ਆ ਜਾਂਦੀਆਂ ਨੇ ਉਹ ਤਾਂ ਬਿਲਕੁਲ ਨਹੀਂ ਅਸੀਂ ਸਿਰਫ ਉਹ ਥੱਲੇ ਜਿਹੜੇ ਛੋਟੇ ਇਮੇਜਿਸ ਬੈਨਰ ਚੱਲਦੇ ਨੇ ਨਾ ਜਿਸ ਤੇ ਸਿਰਫ ਇਸ਼ਤਿਹਾਰ ਲਿਖਿਆ ਹੁੰਦਾ ਤਸਵੀਰ ਵਗੈਰਾ ਨਹੀਂ ਹੁੰਦੀ ਉਹ ਲਾਇਏ ਨੇ ਉਸ ਤੋਂ ਸਾਨੂੰ ਇਤਨੀ ਕਮਾਨਦਨ ਹੁੰਦੀ ਕਿ ਸਾਡੀ ਵਿਊਰਸ਼ਿਪ ਬਹੁਤ ਜ਼ਿਆਦਾ ਹੈ ਨਾ ਵੈਸੇ ਤੇ ਅਗਰ ਅਸੀਂ ਇਹਨੂੰ ਮੋਨਟਾਈਜ਼ ਕਰੀਏ ਤੇ ਇਹ ਤੇ 70 80 ਲੱਖ ਰੁਪਏ ਮਹੀਨੇ ਦਾ ਬਣਦਾ ਸਾਡੇ ਚੈਨਲ ਦਾ ਸਾਡੀ ਜਿੰਨੀ ਵਿਊਰਸ਼ਿਪ ਤੇ ਕਿਸੇ ਦੀ ਵੀ ਨਹੀਂ ਹੈ ਲੇਕਿਨ ਉਸ ਤੋਂ ਬਗੈਰ ਵੀ ਸਾਡਾ ਇਤਨੇ ਸਾਨੂੰ ਪੈਸੇ ਮਿਲ ਜਾਂਦੇ ਨੇ ਕਿ ਸਾਡਾ ਖਰਚਾ ਨਿਕਲ ਆਂਦਾ ਹੈ ਅੱਲਾਹ ਸ਼ੁਕਰ ਹੈ ਸਾਨੂੰ ਮੰਗਣਾ ਨਹੀਂ ਪੈਂਦਾ ਇੱਥੇ ਜਗ੍ਹਾ ਦਾ ਕਿਰਾਇਆ ਨਿਕਲ ਆਂਦਾ ਹੈ ਖਾਣ ਪੀਣ ਦਾ ਖਰਚਾ ਨਿਕਲ ਆਂਦਾ ਹੈ ਬਾਕੀ ਜਿਹੜੇ ਸਾਡੇ ਕੋ ਸਿਕਿਉਰਟੀ ਗਾਰਡ ਹੈ ਉਹਨੂੰ ਥੋੜੇ ਬਹੁਤ ਕੋਈ ਸਾਨੂੰ ਖidmat ਕਰਨੀ ਪੈਂਦੀ ਹੈ ਉਹ ਤਾਂ ਜ਼ਾਹਰ ਹੁੰਦੇ ਸੀ ਆਊਟਸਾਈਡਰ ਕੋ ਬੁਲਾਣੇ ਤੇ ਉਹ ਅੱਗੇ ਪਿਛੇ ਜਿਹੜੇ ਮਮਾਨ ਆ ਜਾਂਦੇ ਨੇ ਤੇ ਉਹ ਅੱਲਾ ਸ਼ੁਕਰ ਸਾਡਾ ਅਸਿਸਟਾ ਸਾਡਾ ਬਾਹਰੋਂ ਕੋਈ ਪੈਸੇ ਨਹੀਂ ਲਾ ਰਹਾ ਇਤਨੇ ਪੈਸਾ ਕੌਣ ਲਾ ਸਕਦਾ ਜੀ ਇਹ ਕਿਉਂਕਿ ਆਪ ਬਾਹਰੋਂ ਲੈ ਕੇ ਖਾਂਦੇ ਨੇ ਉਹ ਯਾਰ ਮੇਰੇ ਕੋਲ ਤੇ ਮੋਬਾਈਲ ਵੀ ਯਾਰ ਸਾਦਾ ਹੈ ਠੀਕ ਹੈ ਜਿਹੜਾ ਅੱਜ ਤੂੰ 15 ਸਾਲ ਪਹਿਲੇ ਵੀ 1500 ਦਾ ਸੀ ਹੁਣ ਵੀ 1500 ਦਾ ਹੈ ਨੋਕੀਆ ਦਾ ਮੋਬਾਈਲ ਕਿਉਂਕਿ ਉਹ ਮੋਬਾਈਲ ਸ ਤੇ ਮੈਂ ਤੇ ਉਹ ਯੂਜ਼ ਕਰਨਾ ਵਾ ਤੇ ਮੇਰੀ ਤੇ ਜ਼ਰੂਰੀਅਤ ਵੀ ਇਤਰੀਆਂ ਨਹੀਂ ਨੇ ਬਾਕੀ ਇਹ ਹੈ ਕਿ ਮੇਰਾ ਜ਼ਾਤੀ ਜਿਹੜਾ ਖਰਚਾ ਹੈ ਉਹ 50000 ਮੈਨੂੰ ਪੈਨਸ਼ਨ ਮਿਲ ਜਾਂਦੀ ਮਹੀਨੇ ਦੀ ਜ਼ਾਇਰਾ ਮੈਂ ਉਨੀਏ ਗ੍ਰੇਡ ਤੋਂ ਰਿਟਾਇਰ ਹੋਇਆ ਹਾਂ ਭਾਈ ਜੀ ਇਕਵੈਲੈਂਟ ਟੂ ਕਰਨਲ ਇੱਕ ਰੈਂਕ ਹੁੰਦਾ ਹੈ ਜਿੱਥੇ ਮੈਂ ਰਿਟਾਇਰ ਹੋਇਆ ਉਹ ਮੈਨੂੰ ਮਿਲੇ ਆਇਆ ਤੇ ਬਾਕੀ ਪੈਨਸ਼ਨ ਦੇ ਨਾਲ ਇੱਕ ਮਕਾਨ ਮੈਂ ਆਪਣੀ ਜੌਬ ਦੇ ਦੌਰਾਨ ਬਣਾ ਲਿਆ ਸੀ اسلامਬਾਦ ਉਹ ਕਿਰਾਏ ਤੇ ਦਿੱਤਾ ਹੈ ਉਹ ਤੋਂ ਤਕਰੀਬਨ 304000 ਉਥੋਂ ਆ ਜਾਂਦਾ ਹੈ ਮਾਸ਼ਾਅੱਲਾ ਇੱਕ ਕੰਬਾਈਨਡ ਫੈਮਿਲੀ ਸਿਸਟਮ ਵਿੱਚ guzara ਹੋ ਜਾਂਦਾ ਹੈ 70 80000 ਵਿੱਚ ਔਰ ਇਤਨੀ ਵੱਡੀ ਵੀ ਫੈਮਿਲੀ ਨਹੀਂ ਬਾਕੀ ਮੇਰੇ ਕੋਲ ਤੁਹਾਨੂੰ ਪਤਾ ਹੈ ਮੋਟਰਸਾਈਕਲ ਹੈ ਗੱਡੀ ਵੀ ਨਹੀਂ ਹੈ ਮੇਰੀ ਤੇ ਇੱਕ ਜ਼ਰੂਰਤ ਹੀ ਨਹੀਂ ਤੇ ਅੱਲਾ ਸ਼ੁਕਰ ਹੈ ਗੁਜ਼ਾਰਾ ਚੱਲ ਰਿਹਾ ਤੇ ਅਕੈਡਮੀ 'ਚ ਕੋਈ ਐਸਾ ਨਹੀਂ ਹੈ ਤੇ ਤੁਹਾਡੀ ਜ਼ੁਬਾਨ 'ਚ ਮੈਂ ਗੱਲ ਕਰਾਂ ਤੇ ਫਿਰ ਇਹ ਹੀ ਹੈ ਕਿ ਮੈਂ ਮਸੱਲਾ ਚੁਕਣਾ ਤੁਹਾਨੂੰ ਸੋਨੇ ਦੀਆਂ ਕਾਨਾਂ ਹੀ ਕਾਨਾ ਤੁਹਾਡੇ ਬਾਬੇ ਕੱਢ ਸਕਦੇ ਤੇ ਮੈਂ ਨਾ ਕੱਢ ਸਕਦਾ ਤੇ ਫਿਰ ਮੈਂ ਇਹ ਗੱਲ ਕਰਾਂ ਤੁਸੀਂ ਮੰਨ ਲੈਣਾ ਤੇ ਨਹੀਂ ਤੇ ਮੰਨੋ ਬਾਕੀ ਇਹ ਕਿ ਇਹ ਅਧਰ ਜਿਹੋ ਦੋਨ ਸਾਰਾ ਅੱਲਾ ਦੇ ਉਹ ਬੰਦੇਓ ਮੈਂ ਉਸ ਜਗ੍ਹਾ ਨੌਕਰੀ ਕਰ ਰਿਹਾ ਕਿ ਜਿੱਥੇ ਪਾਕਿਸਤਾਨ ਦੀ ਸਾਰੀ ਏਜੰਸੀਆਂ जॉब तो बाद भी थोड़ी सिक्योरिटी क्लीयरेंस कर दी मेरी तो दोस्ती ही सारे टॉमिंग एनर्जी और फौज के अदारे ने आई एस आई मेरी सिक्योरिटी क्लीयरेंस करती है आई बी मेरी सिक्योरिटी क्लीयरेंस करती है